पंजाब, पंजा पाणियां दी धरती पंजाब, जिसनों ऋग्वेद समय सप्त सिंधु यानी के सत्तां नदियां दे रूप विच जाणिया जांदा सी। महाभारत ते रामायण दे समय इसनों पंच नग दे नाम नाल जाणिया गया ते अकबर ने अंत विच इसदा नाम पंजाब रख दिता। हिंदुस्तान ते कब्जा करन लई अंग्रेजी सरकारां वास्ते पंजाब एक प्रदेश ही नहीं चिड़ी दी अख सी। ते जदों अंग्रेजी सरकार ने हिंदुस्तान दे उपर राज करना चाहिया ते इह उही पंजाब सी जिथों भगत सिंह, सुखदेव ते राजगुरु वर्गे योधे पैदा होए। हिमाचल, हरियाणा, पंजाब ते लाहौर इक्को माँ दे पुत गिणे जांदे सी। इन्ना खूबसूरत इतिहास ते एक दूजे लई प्यार देखण वाला सी ते हर घर दा माहौल कुछ इस तरह दा हुंदा सी। बड़ी होने लग रही है, रोटी नहीं आई। प्राणो रोटी नहीं आई। जल्दी आ जा रोटी, सभा ते भी जाना। आज काहे की सभा? आज जाति बारे सारी गल होनी है। अच्छा अच्छा, ले फिर जल्दी खा ले। भाई जी घर ही हो? रोटी टुकदा प्रबंध करो, परौने आए ने। बिलकुल बिलकुल। ਬੈਠਾ ਸਾਰਾ ਦਿਨ ਇੱਕ ਹੀ ਲਿਖਦਾ ਰਹਿੰਦਾ, ਕ੍ਰਾਂਤੀ ਵੇਲੇ ਕੀ ਕਰ ਰਿਹਾ ਤੂੰ?
ਆ ਪਾ ਲਿਆ ਮੈਂ ਤੇ ਮੇਰੀ ਕਲਮ ਦੋਵੇਂ ਇੱਕ ਆਜ਼ਾਦ ਹਿੰਦੁਸਤਾਨ ਦਾ ਸੁਪਨਾ ਵੇਖ ਰਹੇ ਆ ਬਸ ਉਹੀ ਲਿਖੀ ਜਾਂਦਾ ਪਿਆ ਕੀ ਕਹਿੰਦੀ ਹੈ ਤੇਰੀ ਕਲਮ ਸੁਣਾ ਕੁਛ ਫਿਰ ਚੱਲ ਪਾ ਲਿਆ ਸੁਣਾਉਂਦੇ ਆ ਫਿਰ ਵੇਖਿਆ ਸੁਪਨਾ ਯਾਰ ਉਸ ਪੰਜਾਬ ਦਾ ਜਿਸ ਤੋਂ ਯਾਰਾ ਬਾਰੇ ਬਾਰੇ ਜਾਵਾਂਗੇ ਲੈਣੇ ਚੁੱਕ ਹਥਿਆਰ ਤੂੰ ਸੁਣ ਸਰਕਾਰੇ ਨੇ ਹੁਣ ਤੈਨੂੰ ਭਾਜਣਾ ਪਾਵਾਂਗੇ ਡੁੱਲਿਆ ਖੂਨ ਸੀ ਇੰਜ ਲੱਗਦਾ ਜਿਵੇਂ ਵਗਦਾ ਕੋਈ ਦਰਿਆ ਹੋ ਗਿਆ ਉਦੋਂ ਲੱਗਣਾ ਵਾਂਗ ਹਾਏ ਸੋਨੇ ਦੇ ਮੇਰਾ ਦੇਸ਼ ਆ ਜਦੋਂ ਆਜ਼ਾਦ ਹੋ ਗਿਆ ਮੇਰਾ ਦੇਸ਼ ਆ ਜਦੋਂ ਆਜ਼ਾਦ ਹੋ ਗਿਆ ਰਾਜਗੁਰੂ ਸੁਖਦੇਵ ਭਗਤ ਸਿੰਘ ਧਰਤੀ ਮਾਂ ਦੇ ਜਾਏ ਨੇ ਵੇਖਿਆ ਸੀ ਹਾਏ ਜਿਗਰਾ ਉਹਨਾਂ ਦਾ ਰੱਸੇ ਚੁੰਮ ਮੱਥੇ ਨਾਲ ਲਾਏ ਨੇ ਬਲਦੀ ਸੀ ਅੱਗ ਹਰ ਇੱਕ ਸੀਨੇ ਪੱਕੇ ਸੀ ਹਾਏ ਲਾਏ ਨਿਸ਼ਾਨੇ ਮਾਰੀ ਸੀ ਜਦ ਡਾਇਰ ਨੂੰ ਗੋਲੀ ਮੁੜਨਾ ਦੂਜਾ ਸਾਹ ਲੈ ਗਿਆ ਸੀ ਲੱਗਣਾ ਵਾਂਗ ਹਾਂ ਸੋਨੇ ਦੇ ਮੇਰਾ ਦੇਸ਼ ਆ ਜਦੋਂ ਆਜ਼ਾਦ ਹੋ ਗਿਆ ਕੌਮ ਸਾਡੀ ਤੇ ਜ਼ੁਲਮ ਤੂੰ ਕੀਤੇ ਭਾਰੇ ਨੀ ਕਿਉਂ ਅਣਖਾਂ ਨੂੰ ਹੱਥ ਹਾਏ ਪਾਵੇਂ ਤੂੰ ਗੰਦੀਏ ਸਰਕਾਰੇ ਨੀ ਬਸ ਕਰੋ ਹਾਏ ਹੁਣ ਤਾਂ ਜਾਗੋ ਜਿਉਣਾ ਹਾਏ ਦੁਸ਼ਮਾਰ ਹੋ ਗਿਆ ਹਲ ਉਦੋਂ ਲੱਗਣਾ ਵਾਂਗ ਹਾਂ ਸੋਨੇ ਦੇ ਮੇਰਾ ਦੇਸ਼ ਆ ਜਦੋਂ ਆਜ਼ਾਦ ਹੋ ਗਿਆ ਪਹਿਲੇ ਤੂੰ ਸਹੀ ਕਹਿੰਦਾ ਸੀ ਸਾਨੂੰ ਆਜ਼ਾਦੀ ਲੈਣ ਲਈ ਹਥਿਆਰ ਚੱਕਣੇ ਪੈਣਗੇ ਇਨਕਲਾਬ ਜਿੰਦਾਬਾਦ 15 ਅਗਸਤ ਸਨ 1947 ਦੇ ਵਿੱਚ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਪਰ ਇਸ ਦਾ ਹਰਜਾਨਾ ਵੀ ਪੰਜਾਬ ਨੂੰ ਮੋਟੇ ਰੂਪ ਵਿੱਚ ਚੁਕਾਉਣਾ ਪਿਆ ਜਿਹਦੇ ਵਿੱਚ ਉਹਦੇ ਆਪਣੇ ਹੀ ਪੁੱਤ ਪੰਜਾਬ ਹਰਿਆਣਾ ਹਿਮਾਚਲ ਨੂੰ ਵੱਖ ਵੱਖ ਕਰ ਦਿੱਤਾ ਗਿਆ ਅਤੇ ਲਾਹੌਰ ਨੂੰ ਕੱਟ ਕੇ ਇੱਕ ਨਵਾਂ ਦੇਸ਼ ਪਾਕਿਸਤਾਨ ਬਣਾ ਦਿੱਤਾ ਗਿਆ ਸਾਡਾ ਦੇਸ਼ ਤਾਂ ਆਜ਼ਾਦ ਹੋਇਆ ਪਰ ਬਹੁਤ ਸਾਰੀ ਕੁਰੀਤੀਆਂ ਨੂੰ ਜਨਮ ਦੇ ਗਿਆ ਪਰ ਜੇ ਅੱਜ ਵੀ ਅਸੀਂ ਇਸੇ ਤਰ੍ਹਾਂ ਇਕਜੁੱਟ ਹੋ ਕੇ ਰਹੀਏ ਤਾਂ ਸਮਾਜ ਦੀਆਂ ਬਹੁਤ ਸਾਰੀਆਂ ਕੁਰੀਤੀਆਂ ਜਿਵੇਂ ਭ੍ਰਿਸ਼ਟਾਚਾਰ ਨਸ਼ੇ ਆਪਸੀ ਦੁਸ਼ਮਣ ਇਹਨਾਂ ਨੂੰ ਮਿਟਾਇਆ ਜਾ ਸਕਦਾ ਹੈ ਬਸ ਲੋੜ ਹੈ ਇੱਕ ਨਵੀਂ ਸ਼ੁਰੂਆਤ ਦੀ ਅਤੇ ਆਪਣੀਆਂ ਜੜ੍ਹਾਂ ਨਾਲ ਵਾਪਸ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ